ਵਾਹਿਗੁਰੂ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਜੀ ਫਤਿਹ ਜੀ ਹਾਂਜੀ ਬਾਬਾ ਜੀ ਆਪਣੇ ਇੱਕ ਨਾ ਜਿਹੜੀ ਕੋਰੋਨਾ ਸਿਰ ਬਿਮਾਰੀ ਚੱਲੀ ਹੈ ਨਾ ਇਹਦੇ ਵਾਸਤੇ ਬਾਬਾ ਜੀ ਉਹਨਾਂ ਨੇ ਇੱਕ ਸ਼ਬਦ ਦਿੱਤਾ ਵਾ ਜਗਰੂਪ ਸਿੰਘ ਜੀ ਉਹਨਾਂ ਨੇ ਅਮਰੀਕਾ ਵਾਲੇ ਆਪਣੇ ਭੋਰਾ ਸਾਹਿਬ ਵਾਲੇ ਜਿਹੜੇ ਉਹ ਬਾਵਨ ਅਖਲੀ ਚ 219 ਸੰਗ ਤੇ 45 ਵਸ ਲੋਕ ਪਹਿਲਾਂ ਮੂਲ ਮੰਤਰ ਕਰਨਾ ਵਾ ਫਿਰ ਸ਼ਬਦ ਪੜ੍ਹਨਾ ਵਾ ਫਿਰ ਮੂਲ ਮੰਤਰ ਕਰਨਾ ਯਾਨੀ ਕਿ ਅੱਗੇ ਪਿੱਛੇ ਮੂਲ ਮੰਤਰ ਲਾਉਣਾ ਵਾ ਫਿਰ ਸ਼ਬਦ ਤੇ 13 ਵਾਰੀ ਕਰਨਾ ਵਾ ਜੇ ਕਿਸੇ ਨੂੰ ਕੋਈ ਜ਼ਿਆਦਾ ਕਿਸੇ ਪ੍ਰਕਾਰ ਦੀ ਕੋਈ ਵੀ ਬਿਮਾਰੀ ਹੈ ਤਾਂ ਜ਼ਿਆਦਾ ਵਾਰੀ ਕਰ ਸਕਦਾ ਵਾ ਕੋਈ ਅੱਧਾ ਘੰਟਾ ਕਰ ਲਏ ਜਾਂ ਕੋਈ ਸਵਾ ਘੰਟਾ ਕਰ ਲਏ ਇਹਨੇ ਕਿ 13 ਵਾਰੀ ਕਰਨਾ ਵਾ 10-15 ਮਿੰਟ ਤੇ ਬਾਬਾ ਜੀ ਉਹਨਾਂ ਦਾ ਹੁਕਮ ਲਿਆ ਵੀ ਆਪਣੀ ਸੰਗਤ ਨੂੰ ਦਿੱਤਾ ਜਾਵੇ ਸ਼ਬਦ ਵੱਧ ਤੋਂ ਵੱਧ ਪ੍ਰਚਾਰ ਹੋਵੇ ਸ਼ਬਦ ਦਾ ਤੇ ਯਾਨੀ ਕਿ ਬਿਮਾਰੀ ਤੋਂ ਲਾਭ ਮਿਲੇਗਾ ਕੋਈ ਵੀ ਪਹਿਲੀ ਬਿਮਾਰੀ ਕੋਰੋਨਾ ਵਾਇਰਸ ਤੇ ਸਿਸਟਮ ਇਹਦੇ ਥੋੜਾ ਜ਼ਿਆਦਾ ਪ੍ਰਚਾਰ ਚੱਲ ਰਿਹਾ ਤੇ ਜੇ ਕਿਸੇ ਹੋਰ ਵੀ ਕੋਈ ਬਿਮਾਰੀ ਹੋਗੀ ਤਾਂ ਉਹਨੂੰ ਵੀ ਲਾਭ ਕਰੇਗਾ ਵਾਹਿਗੁਰੂ ਇਸ ਤਰ੍ਹਾਂ ਹਾਂਜੀ ਬਈ ਇਹ ਚਲੋ ਬਾਬਾ ਜਗਰੂਪ ਸਿੰਘ ਜੀ ਨੇ ਬੇਨਤੀ ਕਰਤੀ ਕੋਈ ਗੱਲ ਨੀ ਇਹ ਸਾਡੇ ਜੀਵਨ ਦਾ ਆਧਾਰ ਹੈ ਕਿ ਅਸੀਂ ਜਦੋਂ ਸਤਸੰਗ ਕਰਦੇ ਹਾਂ ਤੇ ਅਸੀਂ ਇੱਕ ਇਹੀ ਕਹਿੰਦੇ ਹਾਂ ਕਿ 24 ਘੰਟੇ ਹਿਰਦੇ ਦੇ ਵਿੱਚ ਵਾਹਿਗੁਰੂ ਨਾਮ ਸਿਮਰਨ ਰੱਖੋ ਹਾਂ ਯਾਨੀ ਅਸੀਂ ਜੁੜਨਾ ਹੈ ਮਤਲਬ ਪਰਮਾਤਮਾ ਨਾਲ ਤੇ ਬਿਮਾਰੀਆਂ ਸਾਰੀਆਂ ਹੀ ਗੱਟੀਆਂ ਜਾਂਦੀਆਂ ਹੈ ਇਹ ਕੁਛ ਨੀ ਵਾਹਿਗੁਰੂ ਨਾਮ ਸਿਮਰਨ ਨਾਲ ਜਾਂ ਮੂਲ ਮੰਤਰ ਨਾਲ ਜੁੜੇ ਰਹਿਣਾ ਤੇ ਕੋਈ ਵੀ ਬਿਮਾਰੀ ਉਸਦੇ ਨੇੜੇ ਨੀ ਆਏਗੀ ਵਾਹਿਗੁਰੂ ਭਲਾ ਕਰੂਗਾ ਮਤਲਬ ਸੰਗਤ ਨੇ ਹਮੇਸ਼ਾ ਹੀ ਕੋਈ ਵੀ ਬੰਦਾ 24 ਘੰਟੇ ਵਾਹਿਗੁਰੂ ਨਾਮ ਸਿਮਰਨ ਆਪਦੇ ਹਿਰਦੇ ਦੇ ਵਿੱਚ ਰੱਖੋ ਬਸ ਕੁਛ ਨੀ ਹੋਏਗਾ ਕੋਈ ਬਿਮਾਰੀ ਤੁਹਾਨੂੰ ਕੁਛ ਨੀ ਕਰੇਗੀ ਹਾਂਜੀ ਬਸ ਵਾਹਿਗੁਰੂ ਭਲਾ ਕਰੇ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਸਲੋਕ ਲਾਲਚ ਝੂਠ ਬਿਖੇ ਬਿਆਦ ਆ ਦੇਹੀ ਮੈਂ ਬਾਸ ਹਰ ਹਰ ਅੰਮ੍ਰਿਤ ਗੁਰਮੁਖ ਪਿਆ ਨਾਨਕ ਸੁਖ ਨਿਵਾਸ ਪੌੜੀ ਲੱਲਾ ਲਾਵੋ ਔਖਦ ਜਾਹੂ ਦੁਖ ਦਰਦ ਤੇ ਮਿਟੈ ਖਿਨਾਹੂ ਨਾਮ ਔਖਦ ਜੇ ਹਿਰਦੇ ਹਤਾਵੈ ਤਾਹੇ ਰੋਗ ਸੁਪਣੈ ਨਹੀਂ ਆਵੇ ਹਰ ਹਰ ਔਖਦ ਸਭ ਕੱਟ ਹੈ ਪਾਈ ਗੁਰ ਪੂਰੇ ਬਿਨ ਬਿਦ ਨਾ ਬਣਾਈ ਗੁਰਪੂਰੇ ਸੰਜਮ ਕਰ ਦੀਆ ਨਾਨਕ ਤੋ ਫਿਰ ਦੁਖ ਨਾ ਥੀਆ ਨਾਨਕ ਤੋ ਫਿਰ ਦੁਖ ਨਾ ਥੀਆ ਵਾਹਿਗੁਰੂ ਗੁਰੂ ਪਿਆਰੀ ਸਾਧ ਸੰਗਤ ਜੀਓ ਅਗਰ ਆਪ ਜੀ ਨੂੰ ਇਹ ਵਿਚਾਰ ਪਸੰਦ ਆਵੇ ਤਾਂ ਇਹ ਸਲੋਕ ਆਪ ਜੀ ਲਈ ਉਚਾਰਨ ਕੀਤਾ ਹੈ ਗੁਰੂ ਸਾਹਿਬ ਨੇ 269 ਅੰਗ ਦੇ ਉੱਪਰ ਤੋਂ ਆਪ ਇਸ ਦਾ ਸਿਮਰਨ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ